ਲੁਧਿਆਣਾ ਦੇ ਪਿੰਡ ਚੁਪਕੀ ਵਿਖੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਵੱਲੋਂ 733 ਵੋਟਾਂ ਵਿੱਚੋਂ 550 ਵੋਟਾਂ ਨਾਲ ਜਿੱਤ ਹਾਸਲ ਕਰਕੇ ਪਿੰਡ ਵਾਸੀਆਂ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਰਾਜਵੀਰ ਦਾ ਕਹਿਣਾ ਹੈ ਕਿ ਉਹ ਪਿੰਡ ਦੀ ਬਿਹਤਰੀ ਲਈ ਜੋ ਕੰਮ ਅਧੂਰੇ ਪਏ ਹਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਏਗਾ। ਇਸ ਮੌਕੇ ਉਹਨਾਂ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ। ਰਾਜਵੀਰ ਸਿੰਘ ਜੀ ਅਤੇ ਹਲਕਾ ਗਿੱਲ ਦੇ ਵਿੱਚ ਰਾਜਵੀਰ ਸਿੰਘ ਚੌਕੀ ਦੇ ਨਾਂ ਤੋਂ ਜਾਣਿਆ ਜਾਂਦਾ ਜੀ। ਮੈਂ ਚੌਕੀ ਪਿੰਡ ਹਾਂ। ਮੇਰਾ ਏਜੰਡੇ ਜੋ 500 ਕੁਛ ਵੋਟਾਂ ਦੇ ਨਾਲ ਜਿੱਤਾ ਜੀ ਆਪਣੀ, ਅਤੇ ਜੋ ਦੂਜੀ ਆਪਣੇ ਧਿਰ ਸੀਗੀ ਉਹਨੂੰ 53 ਵੋਟਾਂ ਪਈਆਂ ਨੇਗੀਆਂ। ਪਿੰਡ ਵਾਲਿਆਂ ਨੂੰ ਉਮੀਦਾਂ ਨੇ ਜੀ ਕਿ ਪਿੰਡ ਵਾਲਿਆਂ ਨੂੰ ਨੌਜਵਾਨ ਸਭ ਤੋਂ ਵੱਡਾ ਮੇਰੇ 'ਤੇ ਮਾਣ ਸੀਗਾ ਕਿ ਇਹ ਨਵੀਂ ਸੋਚ ਦੇ ਨਾਲ ਪਿੰਡ ਨੂੰ ਡਿਵੈਲਪ ਕਰੂਗਾ, ਅਤੇ ਇਹਨਾਂ ਦੇ ਜੋ ਪਿੰਡ ਨਗਰ ਦੇ ਸੁਪਨੇ ਨੇ ਮੈਂ ਦਿਲੋਂ ਪੂਰੇ ਕਰੂੰਗਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।